सत श्री अकाल दोस्तों, तुहाडा सारयां दा एक बार फिर तो आई न्यूज़ पंजाब दीआं खबरां विच स्वागत है। तुसी इत्थे हर खबर एक एक करके विस्तार विच जाणोगे, पर उस तो पहला तुहानू सब नू एक बेनती है कि इस वीडियो नू लाइक करो ते पूरा जरूर देखो। आओ जानदे हां अज दी पहली वड्डी खबर। प्रवासी भारतीयों नू मिलेगा वोट पाउण दा हक, भारतीय चोण कमिशन ने भेजिया प्रस्ताव। जी हां, दस दईए कि चोण कमिशन ने प्रवासी भारतीयों नू डाक राही चोणां विच हिस्सा लैण दा प्रस्ताव केंद्र सरकार नू भेजिया है। यह एक अजिहा कदम है जिस नू कंडक्ट ऑफ इलैक्शन रूल्स 1961 विच सोध करके लागू किया जा सकता है। उधर इस लई संसद की इजाजत की लोड़ नहीं होवेगी। रिपोर्टा मुताबिक चोण कमिशन ने पिछले हफ्ते असाम, पछमी बंगाल, केरल, तमिलनाडु ते पंडुचेरी विच अगले साल होण वालियां विधानसभा चोणां लई NRI वोटरां लई इलैक्ट्रॉनिक तौर ते संचारित डाक बैल्ट सिस्टम नूं वधाउण लई कानून मंत्रालय नूं कहा सी। सिस्टम तकनीकी ते प्रबंधकी तौर ते तैयार किया गया है। इस समय विदेशां विच रहिंदे भारती वोटर सिर्फ अपने अपने हलकियां विच ही वोटां पा सकदे ने। रिपोर्टां दी मन्निए तां 1 करोड़ भारती विदेशां विच रहिंदे हन, इन्हां ਵਿੱਚੋਂ 60 ਲੱਖ ਦੇ ਕਰੀਬ ਵੋਟ ਪਾਉਣ ਦੀ ਉਮਰ ਦੇ ਯੋਗ ਹਨ। ਜੇ ਰੇਲ ਗੱਡੀਆਂ ਦੇ ਰਾਹ ਵਿੱਚ ਕਿਸਾਨ ਬਣਨ ਅੜਿੱਕਾ ਤਾਂ ਪੰਜਾਬ ਸਰਕਾਰ ਕਰ ਸਕਦੀ ਕਾਰਵਾਈ ਹਾਈ ਕੋਰਟ। ਜੀ ਹਾਂ, ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਏ ਹਨ। ਪਿਛਲੀ ਸੁਣਵਾਈ ਵਿੱਚ ਹਾਈ ਕੋਰਟ ਨੇ ਕੇਂਦਰ ਸਰਕਾਰ ਦੇ ਵਕੀਲ ਸਤਿਆਪਾਲ ਜੈਨ, ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਕਿਸਾਨ ਦੇ ਐਡਵੋਕੇਟ ਬਲਤੇਜ ਸਿੱਧੂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਸੀ, ਜਿਸ ਵਿੱਚ ਕਿਸਾਨਾਂ ਨੇ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਰੇਲਵੇ ਟਰੈਕ ਤੋਂ ਹਟਾਇਆ ਜਾਵੇ। ਦਰਅਸਲ ਜੰਡਿਆਲਾ ਗੁਰੂ ਪਿੰਡ ਵਿੱਚ ਕਿਸਾਨ ਮਾਲ ਗੱਡੀਆਂ ਨੂੰ ਚੱਲਣ ਦੇ ਰਹੇ ਨੇ, ਪਰ ਯਾਤਰੀ ਗੱਡੀਆਂ ਦੇ ਚੱਲਣ ਵਿੱਚ ਅਜੇ ਵੀ ਰੁਕਾਵਟ ਪਾ ਰਹੇ ਨੇ। ਹਾਲਾਂਕਿ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਹੁਣ ਕਿਸਾਨ ਜੰਡਿਆਲਾ ਗੁਰੂ ਰੇਲਵੇ ਟਰੈਕ ਤੋਂ ਉੱਠੇ ਹਨ। ਅਦਾਲਤ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਹੁਣ ਜੇਕਰ ਕਿਸਾਨ ਮਾਲ ਦੀ ਟ੍ਰੇਨ ਜਾਂ ਯਾਤਰੀ ਰੇਲ ਚਲਾਉਣ ਵਿੱਚ ਰੁਕਾਵਟਾਂ ਪੈਦਾ ਕਰਦਾ ਹੈ ਤਾਂ ਸਰਕਾਰ ਉਨ੍ਹਾਂ ਖਿਲਾਫ ਕਾਰਵਾਈ ਕਰ ਸਕਦੀ ਹੈ। ਰਾਤ ਦੇ ਸਫ਼ਰ ਵੇਲੇ ਨਾਲ ਰੱਖੋ ਵਿਆਹ ਦਾ ਕਾਰਡ, ਨਹੀਂ ਤਾਂ ਹੋਏਗਾ ਚਲਾਨ। ਜੀ ਹਾਂ, ਦੱਸ ਦਈਏ ਕਿ ਕੋਰੋਨਾ ਨੂੰ ਲੈ ਕੇ ਪੰਜਾਬ ਵਿੱਚ ਮੁੜ ਸਖਤੀ ਹੋ ਗਈ ਹੈ। 1 ਦਸੰਬਰ ਤੋਂ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਹੁਣ ਜੇ ਕੋਈ ਵਿਆਹ ਜਾਂ ਦੂਜੇ ਪ੍ਰੋਗਰਾਮ ਤੋਂ ਕਿਸੇ ਹੋਰ ਸੂਬੇ ਤੋਂ ਵਾਪਸ ਆ ਰਿਹਾ ਹੈ ਤਾਂ ਉਹਨਾਂ ਨੂੰ ਕਰਫਿਊ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਵਾਪਸ ਜਾਣ ਦੀ ਕੋਸ਼ਿਸ਼ ਕਰਨੀ ਪਏਗੀ। ਜੇਕਰ ਕਿਸੇ ਕਾਰਨ ਵਾਪਸੀ ਵਿੱਚ ਦੇਰ ਹੁੰਦੀ ਹੈ ਤਾਂ ਤੁਹਾਨੂੰ ਵਿਆਹ ਦਾ ਕਾਰਡ ਤੇ ਆਈ ਕਾਰਡ ਦਿਖਾਉਣਾ ਹੋਵੇਗਾ। ਦਰਅਸਲ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਇੱਕ ਵਾਰ ਫਿਰ ਤੋਂ ਸਖਤਾਈ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ 1 ਦਸੰਬਰ ਤੋਂ ਲਾਗੂ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਨਾਈਟ ਕਰਫਿਊ ਦੇ ਉਲੰਘਣ ਤੇ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੇ ਰਹਿਮ ਦੀ ਉਮੀਦ ਨਾ ਕਰਨਾ, ਕਿਉਂਕਿ ਵਿਭਾਗ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ। ਸੂਬੇ ਵਿੱਚ ਲਾਗੂ ਨਾਈਟ ਕਰਫਿਊ ਨੂੰ ਤੋੜਨ ਵਾਲਿਆਂ ਤੇ ਕਰਫਿਊ ਤੋੜਨ ਤੇ ਮਹਾਮਾਰੀ ਐਕਟ ਦਾ ਮਾਮਲਾ ਦਰਜ ਕੀਤਾ ਜਾਏਗਾ। ਇਸ ਸੰਬੰਧੀ ਹੋਈ 1 ਹਾਈ ਲੈਵਲ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਰੋਟੇਸ਼ਨ ਮੁਤਾਬਿਕ ਰੋਜ਼ 1 ADGP ਦੀ ਡਿਊਟੀ ਲਗਾਈ ਜਾਵੇਗੀ, ਜੋ ਕਰਫਿਊ ਦਾ ਪਾਲਣ ਕਰਵਾਉਣਗੇ ਤੇ ਇਸ ਦੀ ਰਿਪੋਰਟ DGP ਨੂੰ ਭੇਜਣਗੇ। ਕਿਸਾਨ ਅੰਦੋਲਨ ਬਦਲੇਗਾ ਪੰਜਾਬ ਦੀ ਸਿਆਸਤ, ਕੈਪਟਨ ਵੱਲੋਂ ਹੀਰੋ ਬਣਨ ਦੀ ਕੋਸ਼ਿਸ਼, ਅਕਾਲੀ ਦਲ ਲਈ ਨਵੀਂ ਵੰਗਾਰ। ਜੀ ਹਾਂ, ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 1.5 ਸਾਲ ਹੀ ਬਾਕੀ ਹੈ। ਅਜਿਹੇ ਵਿੱਚ ਕਿਸਾਨੀ ਅੰਦੋਲਨ ਸਿਆਸੀ ਲੀਡਰਾਂ ਲਈ ਇੱਕ ਮੌਕੇ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਜ਼ਾਹਿਰ ਤੌਰ ਤੇ ਸਾਰੀਆਂ ਸਿਆਸੀ ਪਾਰਟੀਆਂ ਇਸ ਮੌਕੇ ਕਿਸਾਨਾਂ ਦਾ ਸਾਥ ਦੇ ਕੇ ਆਪਣਾ ਵਿਗੜਿਆ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਬੇਸ਼ੱਕ ਉਨ੍ਹਾਂ ਆਪ ਸੱਤਾ ਵਿੱਚ ਹੁੰਦਿਆਂ ਲੋਕਾਂ ਲਈ ਕੁਝ ਚੰਗਾ ਕੀਤਾ ਹੋਵੇ ਜਾਂ ਨਾ, ਪਰ ਇਹ ਮੌਕੇ ਨਾ ਗਵਾਉਂਦਿਆਂ ਉਹ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਗੱਲ ਜੇਕਰ ਕਿਸਾਨ ਬਿੱਲ ਪਾਸ ਹੋਣ ਤੋਂ ਸ਼ੁਰੂ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ, ਇਹ ਸਾਬਤ ਕਰਨ ਲਈ ਕਿ ਉਹ ਕਿਸੇ ਵੀ ਕੀਮਤ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਨੇ। ਅਕਾਲੀ ਦਲ ਵੱਲੋਂ ਹਰਸਿਮਰਤ ਬਾਦਲ ਦਾ ਕੇਂਦਰੀ ਮੰਤਰੀ ਵਜੋਂ ਦਿੱਤਾ ਅਸਤੀਫਾ ਬਲੀਦਾਨ ਵਾਂਗ ਪੇਸ਼ ਕੀਤਾ ਗਿਆ। ਹੁਣ ਜਿਸ ਢੰਗ ਨਾਲ ਕਾਂਗਰਸ ਇਸ ਅੰਦੋਲਨ
ਬੋਲਣ ਨੂੰ ਲੈ ਕੇ ਕੇਂਦਰ ਤੇ ਹਮਲਾਵਰ ਹੈ। ਪਾਰਟੀ ਆਪਣੇ ਸਿਆਸੀ ਫਾਇਦਿਆਂ ਦੇ ਮੱਦੇ ਨਜ਼ਰ ਅਕਾਲੀ ਦਲ ਨੂੰ ਪਛਾੜਦੀ ਨਜ਼ਰ ਆ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੇ MSP ਦੀ ਗਰੰਟੀ ਦੀ ਮੰਗ ਕਰ ਰਹੇ ਹਨ। सरकार दा तेवर वेख किसानां नूं चढ़िया गुस्सा। अज पंजाब हरियाणा ते यूपी वल्लों वड्डी गिणती होर किसानां कीता कूच। जी हां, दस दईए कि नवे खेतीबाड़ी कानून विरुद्ध राजधानी दीआं हद्दां ते किसानां दा अंदोलन होर तेज हो गया। मंगलवार नूं केंद्र सरकार नाल गल्लबात बेनतीजा होण मगरों किसानां दा गुस्सा सत्तवें आसमान पहुंच गया है। अज पंजाब हरियाणा ते यूपी वल्लों वड्डी गिणती होर किसानां ने कूच कीता। उधर सरकार नूं वी डर सताउण लगा है कि अंदोलन विशाल होने नाल संभालना औखा हो जाएगा। नवे कानून दा विरोध करन वालियां किसान जथेबंदियां ने कहा कि मंगलवार नूं केंद्र सरकार नाल गल्लबात बेनतीजा होने मगरों उन्हां दा अंदोलन होर तेज होएगा। अंदोलन नूं होर तेज करन लई पंजाब ते हरियाणा तों होर किसान बुधवार नूं दिल्ली आउणगे। इस तों इलावा मध्य प्रदेश ते उत्तर प्रदेश तों वी किसान लहर विच शामिल होण लई आ रहे हन। उन्हां कहा कि पंजाब हरियाणा तों वड्डी गिणती विच किसान दिल्ली वल आउणगे ते अंदोलन नूं जोरां शोरां नाल अग्गे तोरनगे। उन्हां कहा कि बुधवार नूं वड्डी गिणती विच किसान उत्तर प्रदेश तों अंदोलन विच शामिल होण आ रहे ने। कोरोना कारण नौकरी गवाउण वाले कामियां नूं दुबारा UAE भेजण दी तैयारी विच भारत सरकार। जी हां, दस दईए कि भारत सरकार संयुक्त अरब अमीरात अते बहरीन विच अपने कामियां दी वापसी दी दिशा विच सरगर्म रूप नाल काम कर रही है। जिन्हां ने इस साल दी शुरुआत विच COVID-19 लाग दी बीमारी कारण अपनी नौकरी गवा दित्ती सी अते भारत वापस आ गए सन। कोरोना कारण कारोबारां दे बंद होण कारण हजारां भारतीयां नूं संयुक्त अरब अमीरात छड्डना पिया अते कामियां नूं बिना तनखाह वाली छुट्टी ते भेजिया गया। अगस्त विच दुबई विच भारत दे वणज दूतावास मुताबिक वंदे भारत मिशन दी शुरुआत कीती गई सी। आबू धाबी, दुबई, शारजा, अजमान अते रास खेमा तो भारत विच 5 लाख तो ज्यादा भारतीयां नूं वापस भेजण लई रजिस्ट्रेशन कीती गई सी। इन्ने भारतीयां नूं उन्हां दे देश वापस भेजण लई 1 मेगा आयोजन कीता गया। चंडीगढ़ विच कांग्रेसियां दा हल्ला बोल, पुलिस ने मारियां पानी दियां बुछाड़ां। जी हां, दस दईए कि चंडीगढ़ विच यूथ कांग्रेस ते NSUI ने हरियाणा दे मुख्यमंत्री मनोहर लाल खट्टर खिलाफ हल्ला बोल दिता। यूथ कांग्रेस दे वर्करां दी मंग है कि मुख्यमंत्री नूं किसानां तों मुआफ़ी मंगनी चाहीदी है। जिस तरह हरियाणे विच किसानां ते ताकत वरती गई है ओह गलत है। इस समें दौरान पुलिस ने यूथ कांग्रेस दे लोकां दे वाटर कैनन दी वरतों ਕੀਤੀ। अमित शाह दे घर वड्डी बैठक, हुण किसानां नूं मनाउण दे लई प्लानिंग बदली, किसानां तों मंगी इह जानकारी। जी हां, दस दईए कि खेती कानूनां दा विरोध कर रहे किसानां दे प्रदर्शन विच केंद्र सरकार दे मंत्रियां ने बुधवार नूं मीटिंग कीती। केंद्रीय गृह मंत्री अमित शाह दे घर खेतीबाड़ी मंत्री नरेंद्र सिंह तोमर, पीयूष गोयल दे नाल गल्लबात होई। दस्सिया जा रहा है कि अमित शाह ने बैठक विच 3 मंत्रियां तों मंगलवार नूं केंद्र सरकार ਅਤੇ ਕਿਸਾਨ ਆਗੂਆਂ ਦੇ ਵਿੱਚ ਹੋਈ ਗੱਲਬਾਤ ਦੀ ਜਾਣਕਾਰੀ ਲਈ ਅਤੇ ਇਸ ਤੇ ਚਰਚਾ ਕੀਤੀ। ਖਬਰ ਇਹ ਵੀ ਆ ਰਹੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਨੂੰ ਲੈ ਕੇ ਸਰਕਾਰ ਨੇ ਆਪਣੀ ਰਣਨੀਤੀ ਬਦਲੀ। ਇਸ ਵਿਚਾਲੇ ਖਬਰ ਆ ਰਹੀ ਹੈ ਕਿ ਕਈ ਮੰਤਰਾਲਿਆਂ ਦੇ ਸਕੱਤਰ ਪੱਧਰ ਦੇ ਅਧਿਕਾਰੀ ਕਿਸਾਨਾਂ ਦੇ ਨਾਲ ਮੀਟਿੰਗ ਕਰਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਕਈ ਮੰਤਰੀਆਂ ਦੇ ਅਧਿਕਾਰੀਆਂ ਦੀ ਲਿਸਟ ਤਿਆਰ ਕਰ ਰਹੀ ਹੈ। ਇਸ ਵਿੱਚ 3 ਖੇਤੀ ਕਾਨੂੰਨਾਂ ਤੇ ਚਰਚਾ ਹੋਵੇਗੀ। ਖੇਤੀ, ਗ੍ਰਹਿ ਅਤੇ ਉਪਭੋਗਤਾ ਮੰਤਰਾਲੇ ਦੇ ਅਧਿਕਾਰ ਸ਼ਾਮਲ ਹੋਣਗੇ। ਇਸ ਵਿੱਚ ਮੁੱਖ ਤੌਰ ਤੇ ਸਕੱਤਰ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ।
जल्द ही बदल जाएगा ट्रेना का समा, हुण लंबी दूरी वाली रेलां भी जल्द पहुंचणगियां। जी हाँ, दस दईए कि रेलवे के टाइम टेबल नूं लैके भारतीय रेलवे बोर्ड जल्दी ही वड्डी तब्दीली करन जा रहा है। हुण तुहानू रेल राही यात्रा करन तो पहला बहुत सावधान रहना होवेगा। रेलवे की नवी जीरो बेस्ड टाइम टेबल की शुरुआत नाल लंबी दूरी दियां रेल गड्डियां ते यात्रा का समा औसतन अद्धे घंटे तो लैके 6 घंटे तक घटा दिता जाएगा। हालांकि कोरोना वायरस तो पैदा हुई स्थिति विच अस्थिरता तो बाद रेलवे नवी सारणी लागू करेगा। रेलवे बोर्ड के चेयरमैन अते मुख कार्यकारी अधिकारी वीके यादव ने कहा कि इस पिछे विचार खाली चल रही रेल गड्डिया यात्रियों की गिनती वधाउणा ते रेलवे विच वधेरे मंग वालियां ट्रेनां विच वेटिंग लिस्ट नूं घटाउणा है। जदों नवां टाइम टेबल लागू होवेगा लंबी दूरी दियां रेल गड्डियां दा यात्रा समा औसतन अद्धे घंटे तो 6 घंटे तक घट जाएगा। इस टाइम टेबल तहत रेल गड्डियां दी गति भी वधेगी। पंजाब स्कूल सिक्ख्या बोर्ड वल्लों दसवीं ते बारहवीं दियां परीक्षा फीसा जमा करवाउण दी आखरी मिति विच कीता वाधा। जी हाँ, दस दईए कि पंजाब स्कूल सिक्ख्या बोर्ड वल्लों संबंधित पंजाब दे सरकारी अते निजी स्कूलां विच पढ़दे लखां विद्यार्थियों की समस्या नूं मुख रखदे होए पंजाब स्कूल सिक्ख्या बोर्ड वल्लों दसवीं अते बारहवीं क्लास की परीक्षा फीसा ते फार्म बिना लेट फीस जमा करवाउण दी आखरी मिति विच 16 दसंबर तक वाधा कीता है। इस तों पहलां दसवीं ते बारहवीं दी परीक्षा फार्म जमा करवाउण दी आखरी मिति 1 दसंबर सी। रात नूं बस यात्रा लई ना निकलो, करफ्यू विच बंद रहेगी स्टेट ते इंटर स्टेट रूटां ते सेवा। जी हाँ, दस दईए कि कोरोना कारण 1 दसंबर तों पंजाब सरकार ने रात 10 बजे तों लैके सवेरे 5 बजे तक नाइट करफ्यू लागू कर दिता है। इस दा असर बसां दे संचालन ते भी पवेगा। लोक रात नूं बसां विच सफर नहीं कर सकणगे क्योंकि करफ्यू दौरान स्टेट ते इंटर स्टेट रूटां ते बसां बंद रहणगियां। यानी आउण वाले कुछ दिनों तक लोकां नूं बस यात्रा भी सोच समझ के करनी पवेगी। सरकार वल्लों जारी हुकमां विच स्पष्ट कीता गया है कि करफ्यू लागू रहण दौरान पंजाब दे अंदर नाइट बस सर्विस बंद रखी जाएगी। करफ्यू लागू होण तों बाद कोई भी बस रूट ते रवाना नहीं कीती जाएगी। दोस्तों, जे तुहानूं इह साडी जानकारी वधिया लगी तां कमेंट करके दस्सिओ, लाइक अते शेयर जरूर करिओ अते साडे चैनल नूं सबसक्राइब करना ना भुल्लिओ। धन्यवाद।